ਪਿਛਲੇ ਹਫਤੇ ਨਾ ਮੈਂ ਦੇਖ ਕੇ ਗਿਆ ਤਾਂ ਓਪਨ ਆਇਆ ਤਾਂ ਉਹ ਵੀ ਜ਼ਰਾ ਆਪਣੇ ਨਿਕਲਿਆ ਜਿਹਦੀ ਨਾਲ ਬਰੀਕ ਡਾਟਸ ਵੀ ਹੁੰਦੀ ਹੈ ਡਾਟ ਉਹਦੇ ਬਰੀਕ ਹੁੰਦੇ ਆ ਉਹਦੀ ਉਨੀ ਕਿ ਸ਼ੈਨੀ ਹੁੰਦੀ ਉਹ ਮੂਰੇ ਲੱਗੀ ਹੋਈ ਆ ਉਹ ਬਰੀਕ ਡਾਟ ਕਰਤੀ ਚੁਰਕੀ ਦਾ ਕੁਛ ਨਹੀਂ ਇਹਨੂੰ ਕੋਈ ਦਿੱਕਤ ਨਹੀਂ ਗਰਦੀ ਦਾ ਕੋਈ ਦਿੱਕਤ ਨਹੀਂ ਪਾਣੀ ਪੂਣੀ ਦਾ ਕੋਈ ਦਿੱਕਤ ਨਹੀਂ ਪਾਣੀ ਦੀ ਸਮੱਸਿਆ ਕੋਈ ਨਹੀਂ ਹੈ ਨਾ ਨਹੀਂ ਤਾਂ ਮੈਨੂੰ ਆਇਆ ਤਾਂ ਵੀ ਉੱਪਰ ਆਪਾਂ ਨਹੀਂ ਕਵਰ ਤੇ ਰੱਖ ਲਈ ਪਰ ਪਾਣੀ ਪੂਣੀ ਦੀ ਕੋਈ ਜ਼ਿਆਦਾ ਕੋਈ ਦਿੱਕਤ ਨਹੀਂ ਵਾਟਰਪ੍ਰੂਫ ਲੈਟਾ ਆ ਲੱਗੇਗੀ ਉੱਤੇ ਛੋਟੀਆਂ ਲੈਟਾਂ ਸੈੱਟ ਬਲਵਾ ਕੇ ਟਰੈਕਟਰ ਦੀ ਸੀਲਿੰਗ ਵਾਲੀ ਲੈਟ ਹੈ ਹੈ ਟਰੈਕਟਰ ਦੀ ਸੀਲਿੰਗ ਵਾਲੀ ਸੀਲਿੰਗ ਚ ਲਾਣੀ ਆ ਮੈਂ ਕੱਲ ਨੂੰ ਆ ਕੇ ਪਲਾਈਵੁੱਡ ਲੈ ਕੇ ਜਾਵਾਂ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਸੋ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਦੀ ਨਵੀਂ ਵੀਡੀਓ 'ਚ ਅਤੇ ਬਾਕੀ ਕਣਕ ਦਾ ਕੰਮ ਹੈ ਜਿਹੜਾ ਬਿਜਾਈ ਤੋਂ ਨਿਬੜ ਗਿਆ ਜੀ ਸੋ ਵਿਹਲੇ ਹੋ ਗਏ ਜੀ ਹੁਣ ਅਤੇ ਆਪਣਾ ਪਾਣੀ ਪੂਣੀ ਦਾ ਜਿਹੜਾ ਕੰਮ ਹੈ ਉਹ ਹੁਣ ਕੰਟੀਨਿਊਲੀ ਚੱਲੂਗਾ ਹੌਲੀ ਹੌਲੀ ਜਿਹੜੇ ਹਿਸਾਬ ਨਾਲ ਬਿਜਾਈਆਂ ਹੋਈਆਂ ਕਿਉਂਕਿ ਜਿਹੜੀ ਪਿੱਛੇ ਆਪਾਂ ਠੇਕੇ ਵਾਲੀ ਜ਼ਮੀਨ ਲਈ ਹੈ ਸੋ ਉਹਦੇ ਤਾਂ ਹਾਲੇ ਉੱਧਰ ਆਪਣੇ ਪਿੰਡ ਦਾ ਕਣਕ ਦਾ ਸਾਰਾ ਨਿਬੜ ਗਿਆ ਬਾਕੀ ਅੱਜ ਚੱਲੇ ਹਾਂ ਜੀ ਪਹਿਲਾਂ ਪਟਿਆਲੇ ਸੋ ਆਪਾਂ ਟਰੈਕਟਰ ਵਾਸਤੇ ਇੱਕ LED ਸਕਰੀਨ ਵੀ ਲੈ ਕੇ ਆਉਣੀ ਹੈ ਸੋ ਹੁਣ ਹੌਲੀ ਹੌਲੀ ਸਟੈਪ ਬਾਏ ਸਟੈਪ ਚੱਲੀ ਜਾਵਾਂਗੇ ਆਪਾਂ ਸਹਿੰਦਾ ਸਹਿੰਦਾ ਜਾਂ ਕਿਉਂਕਿ ਹੁਣ ਮੈਂ ਇਕੱਲਾ ਕਰਨ ਵਾਲਾ ਕੁਛ ਪਲੀਜ਼ ਵੀ ਬਾਹਰ ਹੁੰਦਾ ਕਾਲਜ ਕਰਕੇ ਥੋੜ੍ਹਾ ਜਿਹਾ ਹੋਰ ਜਿਹਾ ਰਹਿੰਦਾ ਅਤੇ ਬਾਕੀ ਅੱਜ LED ਸਕਰੀਨ ਲੈ ਕੇ ਆਉਂਦੇ ਹਾਂ ਸੋ ਇੱਕ ਦੋ ਦਿਨ ਤੱਕ ਫਿਰ ਆਪਾਂ ਨੇ ਟਰੈਕਟਰ ਦੀ ਮੋਡੀਫਿਕੇਸ਼ਨ ਦਾ ਕੰਮ ਸ਼ੁਰੂ ਕਰਨਾ ਆਪਾਂ ਨੇ ਉਹਦੀ ਛੱਤਰੀ ਅਤੇ ਡਾਊਨ ਸੀਲਿੰਗ ਵਗੈਰਾ ਸਾਰੀ ਕਰਾਂਗੇ ਸੋ ਹੌਲੀ ਹੌਲੀ ਜਿੰਨਾ ਕੁ ਚੱਲੀ ਗਿਆ ਕਿਉਂਕਿ ਪਾਣੀ ਇਹਦਾ ਵੀ ਦੇਖਣਾ ਪੈਂਦਾ ਕਣਕਾਂ 'ਚ ਸੋ ਰੇਹ ਰੂਹ ਦਾ ਵੀ ਸਾਰਾ ਆਪੇ ਕਰਨਾ ਪੈਂਦਾ ਸੋ ਸਟੈਪ ਬਾਏ ਸਟੈਪ ਆਪਾਂ ਸਾਰੇ ਰੀਮਿਕਸ ਜੇ ਬਲੌਗ ਪਾਇਆ ਕਰਾਂਗੇ ਹੁਣ ਅਤੇ ਬਾਕੀ ਹੁਣ ਪਹਿਲਾਂ ਜਾਣਾ ਹੈ ਪਟਿਆਲੇ ਛੋਟੀ ਬਰਾਦਰੀ ਉੱਥੇ ਕੰਪਰੈਸਰ ਹੈ ਜਿਹੜਾ ਉਹ ਲੋਡ ਕਰਾ ਕੇ ਲਿਆਉਣਾ ਕੰਪਰੈਸਰ ਥੋੜ੍ਹੀ ਨਾ ਉਹ ਹਵਾ 'ਚ ਛੱਡ ਗਿਆ ਅਤੇ ਬਾਕੀ ਅੱਜ ਬਲੌਗ ਦੇ ਵਿੱਚ ਦੋ ਤਿੰਨ ਜਗ੍ਹਾ 'ਤੇ ਆਪਾਂ ਘੁੰਮਾਵਾਂਗੇ ਤੁਹਾਨੂੰ ਅਤੇ LED ਸਕਰੀਨ ਬਾਰੇ ਦੱਸਾਂਗੇ ਆਪਾਂ ਕਿੰਨੇ ਕੁ ਦੀ ਲੈ ਕੇ ਆਏ ਹੈ ਨਾ ਸੋ ਸਾਰੀਆਂ ਗੱਲਾਂ ਆਪਾਂ ਅੱਜ ਤੁਹਾਡੇ ਨਾਲ ਸ਼ੇਅਰ ਕਰਾਂਗੇ ਅਤੇ ਚੱਲਦੇ ਵੀਡੀਓ ਕਰਦੇ ਹਾਂ ਸਟਾਰਟ ਅਤੇ ਹੁਣ ਆਪਾਂ ਸਿੱਧਾ ਪਟਿਆਲੇ ਅਤੇ ਲਓ ਜੀ ਮਿੱਤਰੋ ਪਹੁੰਚ ਗਏ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਟਿਆਲਾ ਸੋ ਹੁਣ ਆਪਾਂ ਨਹੀਂ ਸ਼ਿੰਦੇ ਕਿੱਥੇ ਸਾਈ ਮਾਰਕੀਟ ਜਾਣਾ ਛੋਟੀ ਬਾਰਾਦਰੀ ਅਤੇ ਇੱਕ ਵਾਰ ਪਹਿਲਾਂ ਵੀ ਅਸੀਂ ਆਏ ਅਤੇ ਮਤਲਬ ਆਪਣਾ ਕੰਪਰੈਸਰ ਖਰਾਬ ਹੋ ਗਿਆ ਸੀ ਸੋ ਅੱਜ ਉੱਥੇ ਫੇਰ ਲੈ ਕੇ ਜਾਣਾ ਨਾਲੇ ਤਾਂ ਪੁਰਾਣੀ ਆਪਾਂ ਨੂੰ ਯਾਦਾਂ ਤਾਜ਼ੀਆਂ ਹੋ ਜਾਂਦੀਆਂ ਹਨ ਨਾਲੇ ਭੁੱਲਦਾ ਨਹੀਂ ਚੇਤਾ ਵੀ ਆਪਾਂ ਕਿ ਨਹੀਂ ਸ਼ਿੰਦੇ ਵੀ ਪਤਾ ਰਹਿੰਦਾ ਖਿਆਲ ਹੁਣ ਵੀ ਅੱਜ ਅਸੀਂ ਭੁੱਲ ਗਏ ਤਾਂ ਲੋਕੇਸ਼ਨ ਫਿਰ ਆਪਣੀ ਪੁਰਾਣੀ ਵੀਡੀਓ ਕੱਢ ਕੇ ਅਸੀਂ ਦੇਖਿਆ ਵੀ ਭਾਈ ਕਿੱਥੇ ਪਹੁੰਚਣਾ ਕਿੱਥੇ ਨਹੀਂ ਭੁੱਲ ਗਏ ਤਾਂ ਹੁਣ ਇੰਨਾ ਕਿੱਥੇ ਯਾਦ ਰਹਿੰਦਾ ਇੱਕ ਸਾਲ ਪਹਿਲਾਂ ਇੱਕ ਸਾਲ ਤੋਂ ਵੀ ਪਲੱਸ ਹੋ ਗਿਆ ਜਦ ਪਹਿਲਾਂ ਆ ਕੇ ਗਏ ਤੇ ਉਦੇ ਅਸੀਂ ਜਦ ਵੀ ਕੰਪਰੈਸਰ ਹੀ ਠੀਕ ਕਰਾਉਣਾ ਹੈ ਅਤੇ ਬਾਕੀ ਚੱਲਦੇ ਹਾਂ ਅੱਜ ਵੀ ਲੱਭਣਾ ਪੈਣਾ ਹੁਣ ਦੇਖਦੇ ਹਾਂ ਵੀ ਕਿੱਥੇ ਪੋਜੀਸ਼ਨ ਹੈ ਕਿਤੇ ਚੱਲ ਬਈ ਹੋ ਗਿਆ ਮਿੱਤਰਾ ਪੱਤੀਆਂ ਅਤੇ ਲਓ ਜੀ ਮਿੱਤਰੋ ਇਹ ਕੰਪਰੈਸਰ ਹੈ ਜਿਹਦਾ ਹੁਣ ਕਿਰਾਇਆ ਹਾਈ ਪਾਵਰ ਇਹਦਾ ਮਤਲਬ ਹੋਰ ਵੀ ਕੋਈ ਵਿੱਚ ਰਿਸਕ ਹੁੰਦਾ ਜਿਵੇਂ ਹੁਣ ਹਵਾ ਨਹੀਂ ਬਣਾਉਂਦਾ ਵੀ ਪਿਸਟਨ ਦਾ ਵੀ ਕੰਮ ਕੁੰਮ ਉਹ ਪਿਸਟਨ ਦਾ ਕੰਮ ਫਿਰ ਕਦ ਹੁੰਦਾ ਜਾ ਕੇ ਜੇ ਸੁੱਕਾ ਵੀ ਤੇਲ ਨਾ ਹੋਵੇ ਵਿੱਚ ਠੀਕ ਹੈ ਫਿਰ ਵੀ ਹਵਾ ਹੁਵਾ ਬਣਾਉਣੀ ਛੱਡ ਦਿੰਦਾ ਕਵਾਜ ਕਰਨ ਲੱਗ ਜਾਂਦਾ ਫਿਰ ਇਹ ਹਵਾ ਬਣਾਉਣੀ ਫਿਰ ਰਿੰਗ ਰੁੰਗ ਚੱਕ ਦਿੰਦਾ ਹੈ ਨਾ ਇਹ ਠੀਕ ਹੈ ਤੇਲ ਦੇਖੀ ਜਾਈਏ ਬਾਕੀ ਫਿਰ ਤਾਂ ਕੋਈ ਦਿੱਕਤ ਆਉਂਦੀ ਨਹੀਂ ਨਾ ਠੀਕ ਹੈ ਤੇਲ ਕਿੰਨੇ ਟਾਈਮ ਬਾਅਦ ਤੇਲ ਤਾਂ ਚਲਾਈ ਦੇ ਸਾਹ ਨਾਲ ਅਤੇ ਬਾਕੀ ਇਹਨਾਂ ਕੋਲ ਟੈਂਕੀਆਂ ਵੀ ਬਹੁਤ ਪਈਆਂ ਨੇ ਜੀ ਬਾਕੀ ਸਾਰੀਆਂ ਰਿਪੇਅਰ ਰਪੂਰ ਕਰਦੇ ਹਾਂ ਆਪਾਂ ਖੜੇ ਹਾਂ ਸਾਈ ਮਾਰਕੀਟ ਆਹ ਫੋਨ ਨੰਬਰ ਨੇ ਜੀ ਇਹਨਾਂ ਦੇ ਤੁਸੀਂ ਕੰਟੈਕਟ ਕਰਕੇ ਆ ਸਕਦੇ ਹਾਂ ਪਾਣੀ ਵਾਲੇ ਕੰਪਰੈਸਰ ਅਤੇ ਉਸ ਤੋਂ ਬਾਅਦ ਦੂਜੇ ਆਪਣੇ ਏਅਰ ਕੰਪਰੈਸਰ ਹਰ ਤਰ੍ਹਾਂ ਦਾ ਕੰਮ ਹੈ ਪੂਰਾ ਨਜ਼ਾਰੇ ਵਾਲਾ ਕਰਨਾ ਨਾਲੇ ਕੀਮਤ ਰੇਟ ਵੀ ਬਹੁਤ ਜ਼ਿਆਦਾ ਹੋ ਗਿਆ ਹੱਲ ਡਰ ਕੇ ਤਾਂ ਮੈਂ PGI 'ਚ ਚੱਲ ਲੈ ਕੇ ਹੁਣ ਤੁਸੀਂ ਤਾਂ ਅਤੇ ਹੁਣ ਦੂਜਾ ਸਿੰਧੇ ਉਹ ਵੀ ਬਣਾਏ ਦੇਣਾ ਹੁਣ ਤੈਨੂੰ ਬੋਕੀ ਵਾਲਾ ਉਹ ਲਿਆਵਾਂਗੇ ਲੁਧਿਆਣੇ ਤੋਂ ਆਪਾਂ ਉਹ ਮੈਂ ਬਣਾਇਆ ਵਾ ਦੇਖਲਾ 100 ਫੁੱਟ ਪਾਇਪ ਵਾਲਾ ਨਜ਼ਾਰਾ ਹੈ ਬਣ ਲੈਣ ਦੇ ਹੋ ਲੈਣ ਦੇ ਮੀਟਰ ਉੱਠਣ ਲੱਗੂਗਾ ਥੋੜ੍ਹੀ ਜਿਹੀ ਨਾ ਸ਼ੱਕ ਸੀ ਇਹਦੇ ਵਿੱਚ ਕਹਿੰਦੇ ਵੀ ਇੱਥੋਂ ਨਾ ਵੀ ਹਵਾ ਘਟਾਉਂਦਾ ਅਤੇ ਆਪਾਂ ਨੇ ਹੁਣ ਇਹਦਾ ਕੀ ਕਰਿਆ ਕੋਈ ਕੁਛ ਕਰਿਆ ਜੀ ਇੱਥੇ ਆਪਾਂ ਨੇ ਕੀ ਲਾਤਾ ਇਹਦੇ ਰਿਟਰਨ ਬਾਲ ਲਾਤਾ ਹਵਾ ਰੋਕਣ ਵਾਲਾ ਬਾਲ ਹਵਾ ਰੋਕਣ ਵਾਲਾ ਸੋ ਇੱਥੇ ਨਾਲੇ ਬਿਲਡਿੰਗ ਸੈਂਟਰ ਬਿਲਡਿੰਗ ਦੀ ਦੁਕਾਨ ਸੀ ਇੱਥੋਂ ਅਸੀਂ ਆਹ ਪਟਾ ਕੇ ਇੱਥੇ ਨਾ ਬਾਲ ਲਾਤਾ ਉਹ ਬਾਲ ਦਾ ਹੀ ਹੋ ਗਈ ਅਤੇ ਜਦੋਂ ਮਤਲਬ ਇਹਨੂੰ ਖੋਲਣਾ ਕਰਨਾ ਤਾਂ ਨਹੀਂ ਕੁਛ ਆਪਾਂ ਨੇ ਬਸ ਹਵਾ ਵਾਪਸ ਨਹੀਂ ਜਾਊਗੀ ਜਿਹੜੀ ਟੈਂਕੀ ਚਲੇਗੀ ਬਸ ਉਹ ਕਿਸੇ ਪਾਸੇ ਨਿਕਲਣੀ ਨਹੀਂ ਹੋਣਾ ਪਹਿਲਾਂ ਸਾਨੂੰ ਸ਼ੰਕਾ ਤੀ ਵੀ ਕਿਤੇ ਆਹ ਛਿੱਕ ਜੀ ਨਾ ਖਰਾਬ ਹੋਵੇ ਆਹ ਛਿੱਕ ਜਿਹੜੀ ਹੁੰਦੀ ਹੈ ਮੈਂ ਆਪਣੇ ਇਹਨੂੰ ਸੇਬਿਆਂ ਨਾਲ ਬੰਨਿਆ ਵਾ ਇਹ ਵੀ ਢਿੱਲੀ ਟਾਇਟ ਹੋ ਜਾਂਦੀ ਮੈਂ ਸੇਬਿਆਂ ਨਾਲ ਬੰਨੀ ਵੀ ਆ ਇਹ ਆਹ ਜਿਹੜਾ ਨੱਟ ਜਿਹਾ ਦਿੱਤਾ ਵਾ ਮੂਹਰੇ
ठीक है ठीक है। बाकी हूँ करते हैं लोड, बड़ा वधिया काम हो गया, कंप्रेसर भी एन पूरी हवा बना, पैन गर्म पहले ना हवा घटा, हवा घटाने करके फिर हूँ यदि लवाती अपने बाल लवाता नवा नवे सुरे नवी टेंकी तो वैसे पहले ही ला दें, तो हूँ अपने ये भी नवी टेंकी मांग के बनाती है। तो लो जी फाइनली हूँ आप पटियाले तो निकल गए बाहर, तो तकरीबन साडा कुल है जिहड़ा कंप्रेसर ते 800 to 900 रुपया खर्चा आया विद लेबर सारा कंप्लीट। तो शिंदे तेरा दूए लोड किन्ना बन गया था लोकल मिस्त्री को? 25 to 3000 ਤੇ ਬਾਕੀ ਇੱਕ ਦੋ ਚੀਜ਼ਾਂ ਹੋਰ ਹੈ, ਤੇ ਇੱਕ ਦੋ ਦਿਨ ਦੇ ਵਿੱਚ ਪਲਾਈਵੁੱਡ ਵੀ ਚੱਕ ਲਿਆਉਣੇ ਆਪਾਂ ਨੇ, ਟਰੈਕਟਰ ਦੀ ਡਾਊਨ ਸੀਲਿੰਗ ਦਾ ਕੰਮ ਵੀ ਸ਼ੁਰੂ ਕਰਾਂਗੇ, ਠੀਕ ਹੈ ਨਾ ਜੀ। ਬਾਕੀ ਦੱਸੀ ਵੀ ਜਾਇਓ ਕਮੈਂਟ ਦੇ ਵਿੱਚ ਵੀ ਇੱਦਾਂ ਇੱਦਾਂ ਕਰਨਾ, ਸੋ ਜਿਵੇਂ ਜਿਵੇਂ ਤੁਸੀਂ ਕਹੋਗੇ ਆਪਾਂ ਐਨ ਵਧੀਆ ਡਿੱਟੋ ਆਪਾਂ ਵਧੀਆ ਬਣਾਵਾਂਗੇ, ਹੌਲੀ ਹੌਲੀ ਟਾਇਰਾਂ ਤੱਕ ਪਹੁੰਚਾਂਗੇ ਕਹਾਣੀ ਕਿ ਨਹੀਂ, ਜਿਵੇਂ ਜਿਵੇਂ ਟਾਈਮ ਲੰਘੀ ਜਾਊਗਾ ਉਹ ਹਿਸਾਬ ਨਾਲ ਆਪਾਂ ਟਰੈਕਟਰ ਨੂੰ ਵਧੀਆ ਬਣਾਵਾਂਗੇ। ਇੱਕ ਟਰੈਕਟਰ ਐਨ ਟਿਪ ਟੋਪ ਬਣਾਉਣਾ ਪੂਰਾ ਆਪਾਂ ਨੇ, ਇਹ ਹਿਸਾਬ ਨਾਲ ਬਣਾਉਣਾ ਆਪਾਂ, ਪਿੱਛੋਂ ਬਕਸਾ ਵੀ ਸਾਰਾ ਮੋਡੀਫਾਈ ਕਰਾਂਗੇ ਵੀ ਟਰੈਕਟਰ ਡੇਲੀ ਰੂਟੀਨ ਦੇ ਵਿੱਚ ਕੰਮ ਵੀ ਆ ਸਕੇ, ਔਰ ਉਸ ਤੋਂ ਮਤਲਬ ਆਪਾਂ ਆਪਣਾ ਸ਼ੌਕ ਵੀ ਹੈ ਜਿਹੜਾ ਪੂਰਾ ਕਰ ਲਈਏ ਕਿ ਨਹੀਂ ਜੀ। ਅਤੇ ਬਾਕੀ ਹੁਣ ਚੱਲਦੇ ਹਾਂ, ਸਕਰੀਨ ਦਿਖਾਉਂਦੇ ਹਾਂ ਤੁਹਾਨੂੰ ਆਪਾਂ ਕਿਹੜੀ ਪਸੰਦ ਹੁੰਦੀ ਹੈ। ਸੋ ਕਿਹਾ ਵਾ ਤਾਂ ਹੈ ਉਹ ਕਹਿੰਦਾ ਵੀ ਮੈਂ ਮੰਗਾਊਂਗਾ ਸ਼ਾਇਦ, ਦੇਖਦੇ ਹਾਂ ਹੁਣ ਮੌਕੇ 'ਤੇ ਮਿਲੂਗੀ ਕਿ ਨਹੀਂ। ਦੋ ਲੈਣ ਦੀ ਇੱਛਾ, ਇੱਕ ਹਰਸ਼ ਵੀ ਨਹੀਂ ਮੰਗਾਈ ਵੀ ਹੈ, ਸ਼ਾਇਦ ਉਹਨੂੰ ਵੀ ਦੇਣੀ ਹੈ ਜੇ ਮਿਲ ਗਈਆਂ, ਔਰ ਉਮੀਦ ਕਰਦੇ ਹਾਂ ਵੀ ਸ਼ਾਇਦ ਮਿਲਣੀਆਂ ਚਾਹੀਦੀਆਂ, ਕਿਉਂਕਿ ਮੈਂ ਪਿਛਲੇ ਹਫ਼ਤੇ ਜਾ ਕੇ ਆਇਆ ਤਾਂ ਉਹਦੇ ਕੋਲ ਇੱਕ ਪਈ ਤੀ। ਸੋ ਚੱਲਦੇ ਹਾਂ ਹੁਣ ਸਰਹੰਦ, ਤੁਹਾਨੂੰ ਦਿਖਾਉਂਦੇ ਹਾਂ ਆਪਾਂ ਸਕਰੀਨਾਂ ਇਹਨਾਂ 'ਚ ਕੀ ਫਰਕ ਹੈ ਅਤੇ ਕੀ ਫੀਚਰ ਨੇ, ਉਹ ਸਾਰੀਆਂ 'ਚ ਗੱਲਾਂ ਬਾਤਾਂ ਕਰਦੇ ਹਾਂ। ਅਤੇ ਪਹੁੰਚ ਕੇ ਸਰਹੰਦ ਤੁਹਾਨੂੰ ਦਿਖਾਉਂਦੇ ਹਾਂ ਆਪਾਂ। ਅਤੇ ਲਓ ਜੀ ਮਿੱਤਰੋ, ਪਹੁੰਚ ਗਏ ਤੇ ਸਰਹੰਦ, ਅਤੇ ਹੁਣ LED ਸਕਰੀਨ ਚੈੱਕ ਹੋ ਰਹੀ ਹੈ, ਹੁਣੇ ਕਢਾਈ ਹੈ ਹਲੇ, ਪਿਛਲੇ ਹਫ਼ਤੇ ਨਾ ਮੈਂ ਦੇਖ ਕੇ ਗਿਆ ਤਾ, ਇਹ ਹੁਣ ਓਪਨ ਹੈ, ਉਹਦਾ ਔਫੀਸਰ ਆਪਣੇ ਹੀ ਨਿਕਲਿਆ ਜਿਹਦੀ ਨਾਲ ਦੀ, ਉਹ ਪਰਾਂ ਦੇਖਿਆ ਤਾਂ ਇੱਕ ਪੀਸ ਹੋਰ ਹਰਸ਼ ਵੀਰ ਨੂੰ ਲੈ ਕੇ ਜਾਣਾ ਤਾਂ ਉਹ ਡਿਫੈਕਟ ਹੋਇਆ, ਪਹਿਲਾਂ ਇਹਨਾਂ ਨੇ ਕੱਢ ਕੇ ਰੱਖਿਆ ਉਹਦਾ, ਕੁਦਰਤੀ ਮੇਰਾ ਨੀਗਾ ਪੈ ਗਿਆ, ਮਾਂ ਵੀ ਉਹ ਵੀ ਦਿਖਾ ਦੇ, ਮੈਂ ਉਹ ਵੀ ਲੈ ਕੇ ਜਾਣਾ, ਉਹ ਕਹਿੰਦੇ ਡਿਫੈਕਟ ਹੋਇਆ ਪੀਸ। ਕਿਆ ਦੇਖੀਏ ਇਹਦੇ 'ਚ ਵੀ ਫਰਕ ਹੈ, ਇਹ ਹੁਣ ਮੋਟੇ ਡੋਟ ਵਾਲੀ ਆ ਜਾਂਦੀ ਹੈ, ਸਾਰੇ ਤਰ੍ਹਾਂ ਦੇ ਰੰਗ ਹੈ ਇਹਨਾਂ 'ਚ, ਜੋ ਮਰਜ਼ੀ ਲੋਗੋ ਦੇ ਲਓ, ਜਿਹੜਾ ਮਰਜ਼ੀ ਤੁਸੀਂ ਸੈੱਟ ਕਰ ਲਓ ਇਹਨਾਂ 'ਚ। ਇਹ ਇੱਕ ਬਰੀਕ ਡੋਟ 'ਚ ਵੀ ਹੁੰਦੀ ਹੈ, ਡੋਟ ਉਹਦੇ ਬਰੀਕ ਹੁੰਦੇ ਆ, ਉਹਦੀ ਉਨੀ ਕੁ ਸ਼ੈਨੀ ਹੁੰਦੀ, ਉਹ ਮੂਹਰੇ ਲੱਗੀ ਹੋਈ ਆ, ਉਹ ਬਰੀਕ ਡੋਟ ਵਾਲੀ ਆ, रंग बिरंगियां कढ़ दिए होणगे तां रंग तिन तारां वाला होर भी होर होर देख रंग भी बहुत जिहड़ी ओह छत विचों लगणी आ प्लाई बोर्ड दे विचों उपरों थले नूं लगणी जिहड़ी ओह जिहां च वधिया वरतणी आपां ਕਾਹ ਪਈ ਆ ਦੇਖ ਛੋਟੀ ਉਹ ਲਫਾ ਦੇ ਚ ਆਹ ਵਾਲੀ ਹੈ ਹਾਂ ਆਹ ਲੱਗੇਗੀ ਉੱਤੇ ਛੋਟੀਆਂ ਲਾਈਟਾਂ ਸੈੱਟ ਬਣਵਾ ਕੇ ਦੇਖ ਲੱਗੇਗੀ ਉਹੀ ਚਿੱਟੀ ਲਾਈਟ ਹੋ ਗਈ ਮੈਨੂੰ ਲੱਗਦਾ ਇਹ ਸੋਹਣੀ ਲੱਗੇਗੀ ਹੈ ਨਾ ਮੈਂ ਉਹਦੇ 'ਚ ਧਰਜਣ 'ਚ ਤਾਂ ਦੂਜੀਆਂ ਪਾਤੀ ਤੀਆਂ ਇਹ ਇੱਦਾਂ ਦੀ ਉਹ ਪਰ ਉਹਦਾ ਫਰਕ ਹੈ ਲਾਈਟ ਦਾ ਦੂਜਾ ਆਹ ਉੱਪਰਲੀ ਉੱਪਰਲੀ ਫਰੇਮ ਹੈ ਇੱਥੇ ਸਿੱਧੀ ਚਿੱਟੀ ਲਾਈਟ ਹੈ ਇਹਦੇ ਬੋਸ ਲਿਖਿਆ ਵਾ ਨਾ ਆਹ ਪੱਟੀਆਂ ਪੁੱਟੀਆਂ ਸਾਰੀਆਂ ਲੈ ਕੇ ਜਾਣੀਆਂ ਖਰਚਾ ਖਾਸਾ ਹੋਈ ਜਾਣਾ ਥੋੜਾ ਥੋੜਾ ਆਹ ਲਾਈਟਾਂ ਦੇਖ ਲਿਆ ਦੂਜੀ ਆਹ ਵੀ ਦੇਖਦੇ ਹਾਂ ਆਹ ਵੀ ਦੇਖਦੇ ਹਾਂ ਯਾਰ ਲਾਈਟਾਂ ਕਿੱਦਾਂ ਦੀਆਂ
ਮੈਟ ਬੂਟ ਆਪਾਂ ਟ੍ਰੈਕਟਰ ਨੂੰ ਸਾਰਾ ਇੱਥੇ ਦੇ ਲੈ ਕੇ ਜਾਂਦੇ ਆ ਜਿਹੜਾ ਟ੍ਰੈਕਟਰ ਨੂੰ ਮੈਟ ਲੱਗਦਾ ਮੈਟ ਯਾਰ ਦੂਜਾ ਲੈ ਕੇ ਜਾਣਾ ਕੰਬਾਈਨ ਨੂੰ ਲਾਉਣਾ 6 ਪੀਪਨੀ ਵਾਲਾ ਹੋਰ ਨਹੀਂ ਇੱਕ 4 ਫੁੱਟ ਇੱਥੇ ਘੜਾ ਕੇ ਰੱਖ ਕੇ ਗਿਆ ਤਾਂ ਮੈਂ ਕੱਢਿਆ ਵਾ ਤਾਂ ਉਰੇ 3 ਪੀ 6 ਪੀਪਨੀ ਵਾਲਾ ਜਿਹੜਾ ਬੱਸਾਂ ਨੂੰ 40 ਵਾਜਾਂ ਵਾਲਾ ਹਾਂ ਹਾਂ ਉਹ ਦੇਖਿਆ ਤਾਂ ਮੈਂ ਉਹ ਫੇਰ ਉਹਦੀ ਜਾਵਾਂਗੇ ਉਹ ਪਿਆ ਬੰਦ ਕਰਦੇ ਆ ਲੈਟਰ ਮੈਂ ਐਪ ਲੱਭ ਗਈ ਐਪ ਲੱਭਣ ਦੇ ਬਾਅਦ ਫਿਰ ਲੈਂਗੁਏਜ ਦਾ ਸਿਲੈਕਟ ਆਵੇ ਹੋਰ ਇਹ ਚਾਹੀਏ ਮੈਂ ਕੀ ਆ ਕੇ ਲੈਂਗੁਏਜ ਤਾਂ ਬੜੀ ਸਿਲੈਕਟ ਕਰਿਆ ਦੇਖੀ ਹੁਣ ਇੱਥੇ ਫਾਈਂਡ ਵਾਇਸ ਜਾ ਰਹੇ ਨੇ ਇਹਦੇ ਵਿੱਚ ਫਾਈਂਡ ਕਰਕੇ ਲੋਕ ਕੀ ਸਹੀ ਹੋ ਗਿਆ ਪਾਰ ਗਿਆ ਹੋ ਗਈ ਕਨੈਕਟ ਆ ਸਾਰੇ ਕੁਝ ਆ ਗਿਆ ਹੋਈ ਫੀਚਰ ਲੱਗ ਗਿਆ ਹੁਣ ਜੇ ਮਤਲਬ ਇਹਨੇ ਘੁੰਮਣਾ ਘੁੰਮਣਾ ਹੈ ਉਹ ਫਿਰ ਆਪਾਂ ਨੇ ਕਿੱਥੋਂ ਕਰਨਾ ਉਹ ਇੱਥੋਂ ਡਿਸਪਲੇ ਤੋਂ ਜੀ ਉਹ ਆਉ ਬੱਲੇ ਬੱਲੇ ਰੇਲ ਗੱਡੀ ਬਣ ਗਈ ਇਹ ਤੋਂ ਜੀ ਆਪਾਂ ਨੇ ਜਿੰਨੀ ਸਪੀਡ ਦੇਣੀ ਹੈ ਫਿਰ ਬੱਲੇ 10 ਨੰਬਰ ਹੈ ਨਾ ਜੀ ਹਾਂ 10 ਨੂੰ 20 25 ਕਰ ਦੋ ਫਿਰ ਉਨੀ ਸਪੀਡ ਘੱਟ ਜੀ ਅੱਛਾ ਠੀਕ ਹੈ ਰਾਤ ਤੋਂ 40 ਕਰਦੀ ਜੇ ਆਪਾਂ ਫਿਰ ਉਹ ਘੱਟ ਜੀ ਹਾਂ ਸਹਿਦਾ ਸਹਿਦਾ ਤੱਦੂ ਹੈ ਕੰਮ ਕੱਟੇ ਸਲੋ ਠੀਕ ਆ ਫਿਰ ਤਾਂ ਸਾਰੀ ਐਂਡ ਉਹਦੇ ਐਂਡਰੋਇਡ ਵਾਲੇ ਹਾਂ ਵੀ ਸਰ ਇਹਦੇ ਕਈ ਡੈਸ਼ਬੋਰਡ ਕਵਰ ਹੈਗਾ ਕਿੰਨੇ ਦਾ ਕਿੰਨੇ ਦਾ ਬੰਦੇ ਲਾਓ ਲੈ ਦੋ ਡੈਸ਼ਬੋਰਡ ਕਵਰ ਦੂਆ ਹੀ ਹੈ ਕੰਬਲ ਵਾਲਾ ਲੈਣ ਜਿੰਨਾ ਆਉਂਦਾ ਚ ਵੇਚ ਦੇਣਾ ਤੇ ਚੱਲਾ ਤਾਂ ਠੀਕ ਆ ਨਾ ਹੁਣ ਓਕੇ ਰਿਪੋਰਟ ਇਹਦੀ ਤਾਂ ਬਸ ਹੁਣ ਇਹਨੂੰ ਕੁਝ ਕੱਟਣ ਕੁੱਟਣ ਦੀ ਲੋੜ ਨਹੀਂ ਹੈ ਨਾ ਆਪਣੀ ਜੇ ਰੰਗ ਬਰੰਗੀ ਚਲਾਉਣੀ ਹੈ ਫਿਰ ਥੱਲੇ ਆ ਮਲਟੀ ਕਲਰ ਵਧੀਆ रंग बिरंगे सारा चलू कम बॉर्डर ला दे ओके जी ओके ਇਹ ਬੰਦ ਕਰਨੇ ਬੰਦ ਕਰ ਦੋ ਗੱਲ ਇਹ ਹੁਣ ਆਪਣੀ ਸਭ ਤੇ ਸਿਰੇ ਵਾਲੀ ਆ ਕਿਤੇ ਉੱਪਰ ਵੀ ਸਭ ਤੋਂ ਸਿਰਾ ਹੈ ਜੇ ਹੋਰ ਵੀ ਉੱਪਰ ਹੈਗੀ ਉਹ ਵੀ ਦੇ ਦੇ ਹੁਣ ਇਸ ਨੂੰ ਖਰਾਬ ਨਾ ਹੋ ਜੇ ਛੇਤੀ ਛੇਤੀ ਹੁਣ ਨਹੀਂ ਇਹ ਖਰਾਬ ਨਹੀਂ ਬਕਾਇਦਾ ਤਾਂ ਹੀ ਤੇਰੇ ਅੱਜ ਦੁਕਾਨ 'ਚ ਆ ਕੇ ਵੀਡੀਓ ਬਣਾਇਆ ਚੈੱਕ ਕਰ ਰਿਹਾ ਹੁਣ ਬੰਦੇ ਹੋਰ ਵੀ ਭੇਜਣੇ ਆਪਾਂ ਨੇ ਨਹੀਂ ਦੁਆ ਗਰੰਟੀ ਆ ਠੀਕ ਨਹੀਂ ਇਹਦੀ ਨਹੀਂ ਉਹ ਵੀ ਲੈ ਲਈ ਸੀ ਹੁਣ ਉਹ ਹੁਣੇ ਹੀ ਕਰਾ ਲੈਣੇ ਠੀਕ ਆ ਆਪਾਂ ਕੀ ਠੀਕ ਕਰਨੇ ਆ ਇਹ ਖਰਾਬ ਹੈ ਕੋਈ ਤੇ ਬਾਕੀ ਉਹ ਨੋਸੇ ਫੰਕਸ਼ਨ ਹੀ ਜਾਂਦੇ ਆ ਬਸ ਹੋਰ ਤਾਂ ਕੋਈ ਨਹੀਂ ਕਿਹੜਾ ਖਰਾਬ ਸੀ ਫੰਕਸ਼ਨ ਗਰੰਟੀ ਗਰੰਟੀ ਕਿੰਨੀ ਅਰਥ ਵਾਲੀ ਇੱਕ ਗਰੰਟ ਵਾਲੀ ਦੋਏ ਤਾਰਾਂ ਨੇ ਜੀ ਗਰੰਟੀ ਕੀ ਕਿੰਨੇ ਤੱਕ ਦੀ ਲੱਗ ਕੇ ਇਹਦੀ ਗਰੰਟੀ ਗਰੰਟੀ ਤਾਂ ਉਹ ਕਹਿੰਦੇ ਉਹੀ ਆ ਬਾਕੀ ਇਨਵੇਟਰ ਦੀ ਨਹੀਂ ਆਉਂਦੀ ਵਿੱਚ ਸਪਲਾਈ ਉਹਦੇ ਪੈਰੇ ਕੋਈ ਹੁੰਦਾ ਹੀ ਨਹੀਂ ਬਾਕੀ ਉਹਨਾਂ ਨੂੰ ਕੁਝ ਨਹੀਂ ਜ਼ਿਆਦਾ ਖਰਚਾ ਨਹੀਂ ਆ 2-4-500 ਰੁਪਏ ਬਸ ਤੇਰੇ ਕੋਲੇ ਲਿਆਉਣੀ ਜੀ ਆਪਾਂ ਨੇ ਕੁਝ ਹੋਰ ਨਹੀਂ ਅੱਬਲ ਮਾਤਾ ਹੁੰਦਾ ਨਹੀਂ ਇਹਨੂੰ ਕੋਈ ਨਹੀਂ ਹੈਗਾ ਝਟਕੇ ਝੁਟਕੇ ਦਾ ਕੁਝ ਨਹੀਂ ਇਹਨੂੰ ਕੋਈ ਦਿੱਕਤ ਨਹੀਂ ਗਰਦੇ ਦਾ ਕੋਈ ਦਿੱਕਤ ਨਹੀਂ ਪਾਣੀ ਪੁਣੀ ਦਾ ਕੋਈ ਦਿੱਕਤ ਪਾਣੀ ਦੀ ਸਮੱਸਿਆ ਕੋਈ ਨਹੀਂ ਹੈ ਨਾ ਨਹੀਂ ਤਾਂ ਮੈਨੂੰ ਆਇਆ ਤਾਂ ਵੀ ਉੱਪਰ ਆਪਾਂ ਨਹੀਂ ਕਵਰ ਦੇ ਰੱਖ ਲਈ ਪਰ ਪਾਣੀ ਪੁਣੀ ਦੀ ਕੋਈ ਜ਼ਿਆਦਾ ਕੋਈ ਦਿੱਕਤ ਨਹੀਂ ਵਾਟਰਪ੍ਰੂਫ ਹੈ ਆ ਉਹ ਵੀ ਜਿਹੜਾ ਮਾੜਾ ਮੋਟਾ ਆਪਾਂ ਨੇ ਇੱਥੇ ਉਹ ਲਾ ਕੇ ਟੇਪ ਜੀ ਟੇਪ ਲਾ ਦੇ ਹਾਂ ਬਸ